ਸ੍ਰੀਕਾਲ ਜੀ ਸਾਰਿਆਂ ਨੂੰ। ਅੱਜ ਤੁਹਾਨੂੰ ਅਸੀਂ ਕੁੰਡੇ ਬਣਾਉਣੇ ਦੱਸਾਂਗੇ, ਬਹੁਤ ਸੌਖੇ ਤਰੀਕੇ ਨਾਲ ਡਿਜ਼ਾਇਨ ਵਾਲੇ ਕੁੰਡੇ ਜੋ ਕਿ ਬੜੀ ਆਸਾਨੀ ਨਾਲ ਪਾਏ ਜਾਂਦੇ ਆ। ਆਪਾਂ ਪਹਿਲਾਂ ਧਾਗਾ ਲਵਾਂਗੇ ਉੱਨ ਦਾ, ਉਹਨੂੰ ਦੋਹਰਾ ਕਰਾਂਗੇ ਜਿੱਦਾਂ ਵੀ ਆਪਾਂ ਪੂਰੀ ਕੋਟੀ ਦੇ ਕੁੰਡੇ ਪਾਉਣੇ ਉਸ ਹਿਸਾਬ ਨਾਲ ਦੋਹਰੇ। ਤੁਹਾਨੂੰ ਅਸੀਂ ਤਿੰਨ ਵਾਰੀ ਇਸ ਤਰ੍ਹਾਂ ਕਰਾਂਗੇ, 13 ਹੋ ਗਿਆ, ਫਿਰ ਹੀ ਮੋਟੇ ਮੋਟੇ ਬਣ ਕੇ ਆਉਣਗੇ ਕੁੰਡੇ। 4 ਵਾਰੀ ਕਰ ਲਿਆ ਧਾਗੇ ਨੂੰ ਅਸੀਂ, 14 ਹੋ ਗਿਆ। ਦੂਸਰੇ ਧਾਗੇ ਨੂੰ ਅਸੀਂ ਸਿੰਗਲ ਜਿਹੜਾ ਉਹਨੂੰ ਪੈਰ ਵੇ ਅੰਗੂਠੇ ਨਾਲ ਵਲੇਟ ਕੇ ਲਵਾਂਗੇ ਇਸ ਤਰ੍ਹਾਂ, ਜੋ ਕਿ ਆਪਣੀ ਸਿਲਾਈ ਹੈ ਉਹਨੂੰ ਅਸੀਂ ਜਿਹੜਾ ਦੋਹਰਾ ਕੀਤਾ ਹੋਇਆ ਕੁੰਡਾ ਦੇ ਵਿੱਚੋਂ ਦੀ ਪਾ ਕੇ ਇਸ ਤਰ੍ਹਾਂ। ਆਹ ਜਿਹੜਾ ਚੌਰਾ ਧਾਗਾ ਇਹਨੂੰ ਅਸੀਂ ਇਸ ਹੱਥ ਵਿੱਚ ਫੜਾਂਗੇ, ਇਹਨੂੰ ਪੈਰ ਵਾਲੇ 'ਚ ਵਲੇਟਾਂਗੇ ਸਿੰਗਲ ਧਾਗੇ ਨੂੰ। ਇਸ ਧਾਗੇ ਨੂੰ ਇਸ ਤਰ੍ਹਾਂ ਵਲ ਪਾ ਕੇ ਵਿੱਚੋਂ ਦੀ ਸਿੰਗਲ ਧਾਗਾ ਲੈ ਕੇ ਸਿਲਾਈ 'ਤੇ ਪਾਵਾਂਗੇ। ਫਿਰ ਜਿਹੜਾ ਦੂਸਰਾ ਵਾਲ ਹੈ ਉਹ ਅਸੀਂ ਇਸ ਰੋ ਪਾਵਾਂਗੇ ਇਸ ਤਰ੍ਹਾਂ, ਜੋ ਕਿ ਆਪਣੇ ਕੁੰਡੇ ਮੋਟੇ ਮੋਟੇ ਬਣ ਕੇ ਆਉਣ ਡਿਜ਼ਾਇਨ ਵਾਲੇ। ਫਿਰ ਅਸੀਂ ਇਹਨੂੰ ਸਿੱਧੇ ਇਸ ਤਰ੍ਹਾਂ ਵਲ ਪਾ ਕੇ ਵਿੱਚੋਂ ਦੀ ਸਿੰਗਲ ਧਾਗਾ ਫੜ ਕੇ ਇਸ ਤਰ੍ਹਾਂ ਪਾਵਾਂਗੇ। ਬਹੁਤ ਹੀ ਸੌਖੇ ਤਰੀਕੇ ਨਾਲ ਪੈ ਜਾਂਦੇ, ਕੋਈ ਮੁਸ਼ਕਲ ਨਹੀਂ। ਦੇਖਣ ਨੂੰ ਐਸੇ ਲੱਗਦਾ ਕਿ ਬਹੁਤ ਔਖੇ ਪੈਣਗੇ, ਫਿਰ ਅਸੀਂ ਸਿੱਧਾ ਪਾਵਾਂਗੇ। ਫਿਰ ਅਸੀਂ ਉਲਟਾ ਪਾਵਾਂਗੇ, ਇੱਕ ਆਪਣੇ ਵੱਲ ਨੂੰ ਵਲ ਪਾਵਾਂਗੇ, ਇੱਕ ਅਸੀਂ ਬਾਹਰ ਵੱਲ ਨੂੰ ਪਾਵਾਂਗੇ। ਆਹ ਅਸੀਂ ਆਪਣੇ ਵੱਲ ਨੂੰ ਵਲ ਪਾ ਕੇ ਲਿਆ, ਆਹ ਅਸੀਂ ਐਂ ਬਾਹਰ ਵਾਰ ਨੂੰ ਵਲ ਪਾ ਕੇ ਲਵਾਂਗੇ ਇਸ ਤਰ੍ਹਾਂ। ਹੁਣ ਅਸੀਂ ਆਪਣੇ ਵੱਲ ਪਾਵਾਂਗੇ, ਹੁਣ ਅਸੀਂ ਇਹ ਬਾਹਰ ਵਾਰ ਨੂੰ ਬਹੁਤ ਸੌਖੇ ਆਪਣੇ ਇੱਕ ਬਾਹਰ ਵਾਰ ਨੂੰ ਪਾਵਾਂਗੇ। ਜੋ ਕਿ ਬਣ ਕੇ ਬਹੁਤ ਵਧੀਆ ਲੱਗਦੇ ਆ, ਤੁਸੀਂ ਵੀ ਆਸਾਨੀ ਦੇ ਨਾਲ ਹੀ ਬਣਾ ਸਕਦੇ ਆ। ਦੇਖੋ ਇਸ ਤਰ੍ਹਾਂ ਦੋਵੇਂ ਬੰਨੇ ਇੱਕੋ ਜਿਹੇ ਲੱਗਦੇ, ਬਸ ਇਸੇ ਤਰੀਕੇ ਨਾਲ ਹੀ ਬਣਾਵਾਂਗੇ। ਜੇ ਤੁਹਾਨੂੰ ਮੇਰੇ ਕੁੰਡੇ ਪਾਉਣ ਵਾਲੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ, ਬੈਲ ਘੰਟੀ ਜ਼ਰੂਰ ਦਬਾਇਓ, ਆਉਣ ਵਾਲੀ ਵੀਡੀਓ ਤੁਹਾਡੇ ਤੱਕ ਆ ਸਕੇ। ਥੈਂਕ ਯੂ।